ਦੁਕਾਨਾਂ ਨੂੰ ਚੁਣ ਚੁਣ ਕੇ ਕਿਵੇਂ ਟਾਰਗੇਟ ਕੀਤਾ ਗਿਆ ਇਹਦੀ ਇੱਕ ਤਸਵੀਰ ਹੈ। ਹਾਲਾਂਕਿ ਅਸੀਂ ਨਾ ਕਿਸੇ ਇੱਕ ਪੱਖ ਦਾ ਕਿਸੇ ਦਾ ਵੀ ਪੱਖ ਨਹੀਂ ਪੂਰ ਰਹੇ, ਨਾ ਹੀ ਕਿਸੇ ਦੇ ਖਿਲਾਫ ਹਾਂ। ਜੋ ਦੱਸਿਆ ਗਿਆ ਹੈ ਕਿ ਇੱਕ ਮੁਸਲਮਾਨ ਵੀਰ ਦੀ ਦੁਕਾਨ ਸੀ, ਇਹ ਸਹੀ ਹੈ? ਇਹ ਮੁਸਲਿਮ ਕੀ ਦੁਕਾਨ? ਮੁਸਲਿਮ ਕੀ ਦੁਕਾਨ। ਔਰ ਇਹ ਨਾਲ ਦੀਆਂ ਦੁਕਾਨਾਂ ਜਿਹੜੀਆਂ ਸਾਰੀਆਂ ਇਹ ਹਿੰਦੂ ਵੀਰਾਂ ਦੀਆਂ ਦੁਕਾਨਾਂ ਸੀ, ਤਾਂ ਇਹ ਸੁਰੱਖਿਅਤ ਰਹਿ ਗਈਆਂ, ਛੱਡ ਦਿੱਤੀਆਂ। ਦੇਖੋ ਤੁਸੀਂ ਇੱਧਰ ਖੱਬੇ ਹੱਥ ਤਕਰੀਬਨ 15-20 ਦੁਕਾਨਾਂ ਇਹ ਹੋਣਗੀਆਂ। ਉਹਨਾਂ ਨੇ ਆ ਕੇ ਹਮਲਾ ਕਰਾ, ਸਾਰੀ ਗਾੜੀਆਂ ਇੱਕ ਤਰਫ ਤੋਂ ਜਲਾ ਦੀਆਂ। ਠੀਕ ਹੈ, ਸਾਰੀ ਜਬ ਗਾੜੀਆਂ ਜਲਾ ਦੀ, ਯਹਾਂ ਪਰ ਕੋਈ ਵੀ ਨਹੀਂ ਦਾ। ਇਹਨਾਂ ਨੇ ਮੀਟਿੰਗ ਕਰਕੇ ਆਏ, ਇਹਨਾਂ ਨੇ ਸਾਰੀ ਇੱਕ ਤਰਫ ਤੋਂ ਲਗਾ ਦੀਆਂ। ਦੇਖੋ ਆਪ ਜਾ ਕੇ ਦੇਖੋ, ਜਾ ਕੇ ਜਾ ਰਹੇ ਹਾਂ, ਪੂਰਾ ਹਾਲ ਵਾ ਕੇ ਦੇਖੋ, ਕਿਆ ਬੁਰਾ ਹਾਲ ਕਰ ਰੱਖਾ ਹੈ। ਅਰੇ ਮੈਂ ਨਹੀਂ ਨਹੀਂ ਆਪ ਆਪ ਇੱਕ ਬੁਲਵਾ ਕੇ ਨਿਕਲਵਾ ਦੇ। ਉਹ ਵੀ ਮੈਂ ਜਾ ਰਿਹਾ, ਗੁੱਸਾ ਨਾ ਕਰੋ। ਨਹੀਂ ਨਹੀਂ ਪਹਿਲੇ ਠੰਡੇ ਹੋ ਜਾਓ। ਆਪ ਨਾ ਇੱਕ ਤਰਫਾ ਬਾਤ ਮੰਨ ਕਰੋ ਨਾ, ਆਪ ਇੱਕ ਤਰਫਾ ਬਾਤ ਨਾ ਕਰੋ, ਆਪ ਇੱਕ ਤਰਫਾ ਬਾਤ ਨਾ ਕਰੋ, ਮੇਰੇ ਤੇ ਚਿਲਾਓ ਨਾ, ਮੇਰੀ ਗੱਲ ਸੁਣੋ। ਮੈਂ ਵੀ ਬਤਾ ਰਿਹਾ, ਮੈਂ ਹੁਣੇ ਤੁਹਾਡੀ ਗਲੀ ਚੋਂ ਆ ਰਿਹਾ। ਸਰਦਾਰ ਜੀ ਕਿੱਧਰ ਗਏ? ਇੱਧਰ ਆਓ, ਪੈਟਰੋਲ ਪੰਪ ਤੇ ਹੱਥ ਲਗਾ ਦਿਓ। ਓਏ ਇੱਕ ਮਿੰਟ ਹੌਸਲਾ ਤਾਂ ਰੱਖੋ, ਗੱਲ ਤਾਂ ਸੁਣ ਲਓ। ਸਰਦਾਰ ਜੀ ਦਾ ਪੈਟਰੋਲ ਪੰਪ ਤੇ ਹੱਥ ਲਗਾ ਦੀ, ਗੱਲ ਤਾਂ ਸੁਣ ਲਓ, ਗੱਲ ਸੁਣੋਗੇ ਕਿ ਨਹੀਂ? ਸਰਦਾਰ ਜੀ ਦਾ ਪੈਟਰੋਲ ਪੰਪ ਦਾ ਤਾਂ ਗੁੱਸਾ ਕਿਸੇ ਕੋਨ ਦਿਲਾ ਰਹਾ ਹੈ। ਕਿਉਂ ਕਰ ਰਹੇ ਹੋ ਗੁੱਸਾ? ਕਿਉਂ ਕਰ ਰਹੇ ਹੋ ਗੁੱਸਾ? ਕੋਨ ਦਿਲਾ ਗੁੱਸਾ? ਕਿਉਂ ਕਰ ਰਹੇ ਹੋ ਤੁਸੀਂ ਗੁੱਸਾ? ਅਗਰ ਇਹ ਹਮਾਰੀ ਗਾੜੀ ਮੇ ਆਗ ਲਗਾਏਂਗੇ ਤਾਂ ਗੁੱਸਾ ਨਹੀਂ ਆਏਗਾ? ਹਮਾਰੇ ਘਰੋਂ ਮੇ ਆਗ ਲਗਾਏਂਗੇ ਤਾਂ ਗੁੱਸਾ ਨਹੀਂ ਆਏਗਾ? ਕਿਆ ਗੁੱਸਾ ਨਹੀਂ ਕਰਨਾ, ਪਿਆਰ ਨਾਲ ਗੱਲ। ਉੱਥੇ ਵੀ ਜਾਊਂਗਾ, ਤੁਸੀਂ ਨਹੀਂ ਦੱਸੋਗੇ? ਆਪ ਨਹੀਂ ਬਤਾਓਗੇ ਸਰ? ਆਪਕੋ ਕਹਾ ਤਾਂ ਸੱਚ ਬੋਲ ਦੋ, ਆਪਨੇ ਬੋਲ ਦਿਆ, ਬਾਤ ਖਤਮ ਹੈ। ਹਾਂ, ਉਹ ਮੇਰਾ ਕੰਮ ਹੈ, ਮੈਂ ਜੋ ਮਰਜ਼ੀ ਦੇਖੂੰਗਾ ਜਾ ਕੇ, ਉਹ ਮੇਰਾ ਕੰਮ ਹੈ ਦੇਖਣਾ। ਇੱਕ ਤਰਫਾ ਬਾਤ ਨਹੀਂ ਕਰੂੰਗਾ ਮੈਂ। ਦਿੱਲੀ 'ਚ ਜੋ ਹੋਇਆ ਮੰਦਭਾਗਾ ਹੈ, ਉਸ ਦੀ ਇੱਕ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਤੁਹਾਨੂੰ 84 ਯਾਦ ਹੋਣਾ, ਤੁਹਾਨੂੰ 2020 ਵੀ ਯਾਦ ਕਰਾਉਂਦੇ ਹਾਂ। ਦੁਕਾਨਾਂ ਨੂੰ ਚੁਣ ਚੁਣ ਕੇ ਕਿਵੇਂ ਟਾਰਗੇਟ ਕੀਤਾ ਗਿਆ ਇਹਦੀ ਇੱਕ ਤਸਵੀਰ ਹੈ। ਹਾਲਾਂਕਿ ਅਸੀਂ ਨਾ ਕਿਸੇ ਇੱਕ ਪੱਖ ਦਾ ਕਿਸੇ ਦਾ ਵੀ ਪੱਖ ਨਹੀਂ ਪੂਰ ਰਹੇ, ਨਾ ਹੀ ਕਿਸੇ ਦੇ ਖਿਲਾਫ ਹਾਂ। ਹਿੰਦੂ ਮੁਸਲਮਾਨ ਦੀ ਗੱਲ ਅਸੀਂ ਨਹੀਂ ਕਰ ਰਹੇ, ਪਰ ਜੋ ਹੋਇਆ, ਜੋ ਸਾਨੂੰ ਇੱਥੋਂ ਦੇ ਸਥਾਨਕ ਲੋਕ ਦੱਸ ਰਹੇ ਨੇ, ਅਸੀਂ ਸਿਰਫ ਦੇਖ ਕੇ ਸੁਣ ਕੇ ਉਹ ਰਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਦੁਕਾਨ ਹੈ ਇਹਨੂੰ ਤੋੜਿਆ ਗਿਆ, ਤੁਸੀਂ ਦੇਖ ਸਕਦੇ ਹੋ, ਲੁੱਟਿਆ ਗਿਆ ਇਸ ਦੁਕਾਨ ਨੂੰ। ਇਹਨੂੰ ਹੁਣ ਪੁਲਿਸ ਦੇ ਵੱਲੋਂ ਜਾਂ ਹੋਰ ਲੋਕਾਂ ਦੇ ਵੱਲੋਂ ਇਹ ਬੰਦ ਕੀਤਾ ਗਿਆ। ਸ਼ਟਰ ਜਿਹੜਾ ਤੁਸੀਂ ਟੁੱਟਿਆ ਹੋਇਆ ਦੇਖ ਸਕਦੇ ਹੋ, ਔਰ ਇਸ ਦੁਕਾਨ ਨੂੰ ਲੁੱਟਿਆ ਗਿਆ। ਜੋ ਦੱਸਿਆ ਗਿਆ ਕਿ ਇੱਕ ਮੁਸਲਮਾਨ ਵੀਰ ਦੀ ਦੁਕਾਨ ਸੀ, ਇਹ ਸਹੀ ਹੈ? ਇਹ ਮੁਸਲਿਮ ਕੀ ਦੁਕਾਨ? ਮੁਸਲਿਮ ਕੀ ਦੁਕਾਨ। ਔਰ ਇਹ ਨਾਲ ਦੀਆਂ ਦੁਕਾਨਾਂ ਜਿਹੜੀਆਂ ਸਾਰੀਆਂ ਇਹ ਹਿੰਦੂ ਵੀਰਾਂ ਦੀਆਂ ਦੁਕਾਨਾਂ ਸੀ, ਤਾਂ ਇਹ ਸੁਰੱਖਿਅਤ ਰਹਿ ਗਈਆਂ, ਛੱਡ ਦਿੱਤੀਆਂ। ਦੇਖੋ ਤੁਸੀਂ ਇੱਧਰ ਖੱਬੇ ਹੱਥ ਤਕਰੀਬਨ 15-20 ਦੁਕਾਨਾਂ ਇਹ ਹੋਣਗੀਆਂ, ਔਰ ਇੱਧਰ ਦੂਰ ਤੱਕ ਇਹ ਸਾਰੀ ਮਾਰਕੀਟ ਹੈ। ਵਿਚਾਲੇ ਇੱਕ ਮੁਸਲਮਾਨ ਵੀਰ ਦੀ ਇਹ ਆਸ ਪਾਸ ਜੋ ਦੁਕਾਨੇ ਕਿਸ ਕੀ ਹੈ? ਇਹ ਆਪ ਕੀ ਹੈ? ਨਹੀਂ, ਸਲੀਮ ਡਾਲਮੈਂਟਸ। ਹੈਂ? ਸਲੀਮ ਡਾਲਮੈਂਟਸ। ਇਹ ਵਾਲੀ? ਹਾਂ, ਇਹ ਵਾਲੀ ਸਲੀਮ ਡਾਲਮੈਂਟਸ। ਤਾਂ ਇਹਨੂੰ ਕੌਣ ਅਟੈਕ ਕਿਹਨੇ ਕੀ ਲੁੱਟਿਆ ਕਿਹਨੇ ਦੁਕਾਨ ਨੂੰ? ਅਬ ਹਮ ਤੋ ਪਤਾ ਨਹੀਂ, ਹਮ ਤਾਂ ਸੋਏ ਹੋਏ ਥੇ ਸਰ। ਕਿੱਥੇ ਸੁੱਤੇ ਸੀ? ਅੰਦਰ। ਅੰਦਰ ਹੀ ਸੀਗੇ ਤੁਸੀਂ? ਹਾਂ। ਤੋ ਆਪ ਅੰਦਰ ਥੇ ਇਸ ਦੁਕਾਨ ਕੇ? ਨਹੀਂ, ਅੰਦਰ ਪਲਾਟ ਮੇ। ਅੱਛਾ, ਇਹਦੇ ਪਿੱਛੇ ਪਲਾਟ ਦੇ ਵਿੱਚ ਆਫਿਸ ਮੇ ਰਹਤੇ ਹੈ। ਹਾਂ ਹਾਂ ਹਾਂ। ਔਰ ਇਹ ਕਦੋਂ? ਇਹ ਕੱਲ ਕੱਲ ਦੀ ਹੈ? ਹਾਂ, ਕੱਲ ਲੈ ਰਿਆ ਸਭ ਲੁੱਟੇ। ਕੱਲ ਹੋ ਗਈ ਹੈ, ਪਰਸੋਂ? ਜੀ। ਜਿਸ ਨੂੰ ਸੱਚ ਪਤਾ ਉਹ ਦੱਸ ਦਿਓ, ਕੋਈ ਗੱਲ ਨਹੀਂ। ਅੱਜ ਮੈਂ ਬਤਾ ਦੂੰ। ਹਾਂਜੀ ਦੱਸੋ। ਇਹ ਰੋਡ ਪੇ ਸਾਰੀ ਗਾੜੀਆਂ ਖੜੀ ਹੋਈ ਸੀ, ਯਮੁਨਾ ਵਿਹਾਰ ਮੇ। ਉਹ ਸਾਰਾ ਹਿੰਦੂ ਇਲਾਕਾ ਹੈ, ਸਾਹਮਣੇ ਸੇ ਵਹਾਂ ਪਰ ਉਹਨਾਂ ਨੇ ਟੈਂਟ ਲਗਾ ਰੱਖਾ ਹੈ, ਜੋ ਕਿ ਸੀ ਏ ਕਿ ਨਹੀਂ, ਵਿਰੋਧ ਵਾਲੇ ਉਹਨਾਂ ਨੇ ਆ ਕੇ ਹਮਲਾ ਕਰਾ, ਸਾਰੀ ਗਾੜੀਆਂ ਇੱਕ ਤਰਫ ਤੋਂ ਜਲਾ ਦੀਆਂ। ਠੀਕ ਹੈ, ਸਾਰੀ ਜਬ ਗਾੜੀਆਂ ਜਲਾ ਦੀ, ਯਹਾਂ ਪਰ ਕੋਈ ਵੀ ਨਹੀਂ ਦਾ। ਇਹਨਾਂ ਨੇ ਮੀਟਿੰਗ ਕਰਕੇ ਆਏ, ਇਹਨਾਂ ਨੇ ਸਾਰੀ ਇੱਕ ਤਰਫ ਤੋਂ ਲਗਾ ਦੀਆਂ। ਦੇਖੋ ਆਪ ਜਾ ਕੇ ਦੇਖੋ, ਜਾ ਰਹੇ ਹਾਂ, ਪੂਰਾ ਹਾਲ ਵਾ ਕੇ ਦੇਖੋ, ਕਿਆ ਬੁਰਾ ਹਾਲ ਕਰ ਰੱਖਾ ਹੈ। ਮਤਲਬ ਸਾਰੇ ਘਰੋਂ ਮੈਂ ਉਧਰ ਆਗ ਲਗਾ ਦੀ ਸਾਰੇ, ਤਬ ਜਾ ਕੇ ਕਹੀ ਦੋਨੋਂ ਪੱਛੋਂ ਕੀ ਤਰਫ ਸੇ ਫਿਰ ਹਮਲਾ ਹੁਆ ਹੈ, ਫਿਰ ਜਿਸਕੋ ਜੈਸਾ ਮੌਕਾ ਮਿਲਾ ਉਸਨੇ ਵੈਸਾ ਕੰਮ ਵੈਸਾ ਕੀ ਆ। ਪਰ ਮੈਨੂੰ ਇੱਕ ਗੱਲ ਦੱਸੋ, ਹਾਂਜੀ, ਕਿ ਇੱਥੇ ਆਲਮੋਸਟ 15-20 ਦੁਕਾਨਾਂ ਇੱਧਰ ਹੈ, 15-20 ਸਿਰਫ ਇਹ ਦੁਕਾਨ ਹੀ ਕਿਉਂ ਟਾਰਗੇਟ ਹੋਈ?
तो उधर ये देखो ना उधर आप नहीं नहीं आप एक चीज के सोच के क्यों चले अरे मैं नहीं नहीं आप एक निकलवा वो भी मैं जा रहे हैं गुस्सा ना करो नहीं नहीं पहले ठंडे आप ना एक तरफा बात मत करो ना आप एक तरफा बात ना करो आप एक तरफा बात ना करो मेरे ते चिल्लाओ ना मेरी गल सुनो मैं हुणे तुहाडी गली चो आ रहा सरदार जी किधर गए इधर आओ पेट्रोल पंप पे हाथ लगा ओ एक मिनट हौसला ना रखो गल ता सुन लो सरदार जी का पेट्रोल पंप पे आग लगा दी गल ता सुन लो गल सुनोगे कि नहीं सरदार जी का पेट्रोल पंप था सरदार जी दा पेट्रोल पंप नु अग लाई ना कोई नहीं सरदार जी नु बरकत पै जूगी मेरी गल सुन लो एक मैं हुणे इस गली चो आया पूरी गली ने क्या मुसलमान उधरों आए कीता वो कीता ये किया वो किया सब बोला उनकी मैंने सुनी जी अब आप मेरी भी सुन लीजिए हां जी सुनाइए पूरा ये भजनपुरा मार्केट जो कपड़े वाली है उन सब लोगों ने सरदार जी दसो मैं सुनी के नहीं सुनी हां जी हां लगी आग काफी दुकान सारी गालो ना दी सुन के आया कि नहीं आया तो हम लोगों ने तो कुछ कहा ही नहीं उनको पहले से हम तो अपने मैं ਤੁਹਾਨੂੰ ਕਦੋਂ ਕਿਹਾ ਵੀ ਤੁਸੀਂ ਕੁਝ ਕਿਹਾ ਪਹਿਲਾਂ ਨਹੀਂ ਕੋਈ ਕਿਸੇ ਨੇ ਕਿਹਾ ਮੈਂ ਕਦੋਂ ਕਿਹਾ ਤੁਹਾਨੂੰ ਤੁਸੀਂ ਕਿਹਾ ਕੁਝ ਉਹ ਤਾਂ ਮਸਜਿਦ ਵਿੱਚ ਮੀਟਿੰਗ ਕਰਕੇ ਆਏ ਸਾਰੀ ਗਾੜੀਆਂ ਤੁਸੀਂ ਜੇ ਹੁਣ ਇੰਨੇ ਗੁੱਸੇ 'ਚ ਉਦੋਂ ਕਿੰਨੇ ਗੁੱਸੇ 'ਚ ਹੋਵੋਗੇ ਕਿਸ ਦੇ ਗੁੱਸੇ ਤਾਂ ਗੁੱਸਾ ਕਿਸੇ ਕੌਣ ਦਿਲਾ ਰਿਹਾ ਹੈ ਕਿਉਂ ਕਰ ਰਹੇ ਹੋ ਗੁੱਸਾ ਕਿਉਂ ਕਰ ਰਹੇ ਹੋ ਗੁੱਸਾ ਕੌਣ ਦਿਲਾ ਰਿਹਾ ਗੁੱਸਾ ਕਿਉਂ ਕਰ ਰਹੇ ਹੋ ਤੁਸੀਂ ਗੁੱਸਾ ਅਗਰ ਇਹ ਹਮਾਰੀ ਹਮਾਰੀ ਗਾੜੀਆਂ ਮੇ ਆਗ ਲਗਾਏਗੇ ਤਾਂ ਗੁੱਸਾ ਨਹੀਂ ਆਏਗਾ ਹਮਾਰੇ ਘਰੋਂ ਮੇ ਆਗ ਲਗਾਏਗੇ ਤਾਂ ਗੁੱਸਾ ਨਹੀਂ ਆਏਗਾ ਬੰਦੇ ਉਹਨਾਂ ਦੇ ਵੀ ਮਰ ਰਹੇ ਆ ਦੋਨਾਂ ਪਾਸੇ ਹੀ ਅੱਗ ਲੱਗ ਰਹੀ ਹੈ ਅਰੇ ਪਹਿਲੇ ਤਾਂ ਹਮਨੇ ਸ਼ੁਰੂਆਤ ਕਰੀ ਨਹੀਂ ਹੈ ਸ਼ੁਰੂਆਤ ਤਾਂ ਹਮ ਤਾਂ ਕਰਕੇ ਕੀ ਪਤਾ ਕਿਨੇ ਕੀਤੀ ਹੈ ਕਿਨੇ ਨਹੀਂ ਕੀਤੀ ਅਰੇ ਹਮ ਤਾਂ ਆਪਣੀ ਡਿਊਟੀ ਪੇ ਗਏ ਤਾਂ ਆਪਣੇ ਆਪਣੇ ਕਿਉਂ ਗੁੱਸਾ ਕਰ ਰਹੇ ਹੋ ਕਿੰਨੇ ਬੰਦੇ ਮਰੇ उनके कितने बंदे मरे हमारा कितने बंदे मरे इसके लास्ट पहुंच चुकी है कितने बंदे उनके अरे सर उनका हमारा कुछ नहीं है क्यों गुस्सा कर रहे हो इस बात को क्यों बोल रहे कि बंदे दोनों को मर रहे कहां मर रहे बताओ बताओ आप दिन में अब शराब पी के आके मेरे से सवाल कर रहे हो शराब की बात पिए के नहीं पी पहले सच बताना आपको मेरी कसम है सच बताओ आपको क्या बात कर रहे हैं भैया ऐसी बात मत करो आप ऐसी बात मत करो जो सच है वो सच है चाहे लड़न गुस्सा करना असी बेपरवाह आगे भी जा रहे हैं जा रहे हैं जा रहे हैं तो तुसी मेनू डरा नहीं सकदे मैनू डरा नहीं सकदे लेकिन मेरे को भी कोई नहीं डरा सकता तुसी मेनू डरा नहीं सकदे मेरे को कोई नहीं डरा सकता यहां पर तुसी मेनू डरा नहीं सकदे इसको बचाने वाला तुसी मेनू डरा नहीं सकदे सर सर मैं डरा नहीं मैं डरूंगा नहीं ਤੁਹਾਡੇ ਤੋਂ ਮੈਂ ਡਰਾਣੇ ਕੀ ਬਾਤ ਨਹੀਂ ਕਰ ਰਿਹਾ ਮੈਂ ਡਰੂੰਗਾ ਨਹੀਂ ਸਰ ਮੈਂ ਡਰੂੰਗਾ ਨਹੀਂ ਤੁਹਾਡੇ ਤੋਂ ਡਰਾਣੇ ਕੀ ਬਾਤ ਹੀ ਨਹੀਂ ਕਰ ਰਿਹਾ ਖਾਲੀ ਪੀਲੀ ਬੋਲ ਮੈਂ ਡਰੂੰਗਾ ਨਹੀਂ ਗੁੱਸਾ ਨਹੀਂ ਕਰਨਾ ਪਿਆਰ ਨਾਲ ਗੱਲ ਉੱਥੇ ਵੀ ਜਾਊਂਗਾ ਤੁਸੀਂ ਨਹੀਂ ਦੱਸੋਗੇ ਆਪ ਨਹੀਂ ਬਤਾਓਗੇ ਸਰ आपको आपको कहा था सच बोल दो आपने बोल दिया बात खत्म है वो मेरा काम है मैं जो मर्जी देखूंगा जाके वो मेरा काम मैं देखना एक तरफा बात नहीं करूंगा मैं सिर्फ आपकी बात नहीं करूंगा ये 15 दुकान ये सिर्फ एक ही दुकान है ना आपने किया एक ही दुकान तो एक ही दुकान है ना ये दुकान कैसे चली एक ही दुकान क्यों चली मोमलन की क्यों चली एक ही दुकान क्यों चली मोमलन की एक ही दुकान क्यों आपने मोमलन का क्या बोला यार बलि क्योंकि एक ही मैंने नहीं बोला इन भाई साहब ने बताया मुझे क्या पता पूछा किसकी है मैं तो बाहर से आया मुझे क्या बताया दुकान किसकी है मुझे इन्होंने बताया किसकी दुकान है गलत बोल रहे हो मुझे इन्होंने बताया गलत बोल रहे हो आप गलत बोल रहे हो मोमलन का आप मुझे डरा नहीं सकते मैं नहीं डरूंगा नहीं डरूंगा आपसे आप डरा नहीं सकते मैं नहीं डरूंगा आपसे तस्वीरें देख सकते हो जे ये गुस्सा है होना है तो फिर उदो कि असी किसी का पक्ष नहीं लै रहे पर असी सवाल कर रहे हैं सवाल करना साडा हक है असी करांगे असी डरांगे नहीं और जो दिखाया है वो इन लोगों के वालों ही दसिया असी इतों बाहरों आए हैं सानू नहीं पता कि बाकी जे दुकाना बचियां तो फिर एक तो अटैक होंगे अगे जो तस्वीरें वो भी दिखावे तुहानू अगली तस्वीर देखने वास्ते अगली रिपोर्ट जरूर देखियो कैमरा परसन जगरूप सिंह ते गुरप्रीत सिंह दे नाल सिमरनजोत सिंह डेली पोस्ट दिल्ली 4 लाख तो भी घट खर्चे जेकर तुसी जाना चाहते हो कैनेडा या यूके आयल्स नाल या बिना आयल्स तो एक बार फ्लाईराइट वीज़ा कंसल्टेंट दे लुधियाना ऑफिस या चंडीगढ़ ऑफिस आके मिलो या सानू कॉल करो 98156 085